ਹੁਣ ਅੱਗੇ ਪੜਨ ਜਾ ਰਹੇ ਹਾਂ ਨਿਸ਼ਚੇਵਾਚਕ ਵਿਸ਼ੇਸ਼ਣ ਦੇਖੋ ਬਟ ਇਹ ਨਿਸ਼ਚਿਤ ਹੈ ਇਹ ਅਨਿਸ਼ਚਿਤ ਹੈ ਤਾਂ ਇਹਦੇ ਵਿੱਚ ਕਨਫਿਊਜ਼ ਹੋਣ ਦੀ ਲੋੜ ਨਹੀਂ ਹੈਗੀ ਨਿਸ਼ਚੇਵਾਚਕ ਵਿਸ਼ੇਸ਼ਣ ਦੇ ਵਿੱਚ ਆਪਾਂ ਇਸ਼ਾਰਾ ਕਰਕੇ ਦੱਸਦੇ ਹਾਂ ਨੇੜੇ ਜਾਂ ਦੂਰ ਇਸ਼ਾਰਾ ਕਰਕੇ ਗੱਲ ਦੱਸਦੇ ਹਾਂ ਵੀ ਇਹ ਚੀਜ਼ ਮੇਰੀ ਹੈ ਉਹ ਕਰ ਮੇਰਾ ਹੈ ਠੀਕ ਹੈ ਇਹ ਕੀ ਨਿਸ਼ਚੇਵਾਚਕ ਵਿਸ਼ੇਸ਼ਣ ਦੇ ਵਿੱਚ ਆਉਂਦੇ ਨੇ ਕਹਿੰਦੇ ਨਾਵਾਂ ਨੂੰ ਇਸ਼ਾਰੇ ਦੇ ਨਾਲ ਆਮ ਤੋਂ ਖਾਸ ਬਣਾਉਣ ਵਾਲੇ ਵਿਸ਼ੇਸ਼ਣਾਂ ਨੂੰ ਨਿਸ਼ਚੇਵਾਚਕ ਵਿਸ਼ੇਸ਼ਣ ਕਹਿੰਦੇ ਹਾਂ ਜੇ ਉਹ ਨਿਸ਼ਚੇ ਵਾਚਕ ਵਿਸ਼ੇਸ਼ਣ ਕਹਾਉਂਦਾ ਹੈ ਜਿਵੇਂ ਆਪਾਂ ਕਹਦੇ ਨੇ ਉਹ ਮੁੰਡਾ ਬੜਾ ਸ਼ਰਾਰਤੀ ਹੈ ਉਹ ਮੁੰਡਾ ਠੀਕ ਹੈ ਇਹਦੇ ਵਿੱਚ ਕੀ ਹੈ ਉਹ ਵੀ ਜਿਹੜਾ ਉਹ ਮੁੰਡਾ ਹੈ ਦੂਜਾ ਕੀ ਹੈ ਆਹ ਫੁੱਲ ਠੀਕ ਹੈ ਫੁੱਲ ਕੀ ਹੈ ਇਹਦੇ ਵਿੱਚ ਨਾਮ ਹੈ ਤੇ ਇਹ ਦੀ ਕੀ ਵਿਸ਼ੇਸ਼ਤਾ ਹੋਗੀ ਠੀਕ ਹੈ ਉਹ ਨਿਸ਼ਚੇ ਵਾਚਕ ਵਿਸ਼ੇਸ਼ਣ ਹੋ ਗਿਆ ਆਹ ਫੁੱਲ ਕਿੰਨਾ ਸੋਨਾ ਹੈ ਕਹਿੰਦੇ ਇਸ ਦੀਆਂ ਵੀ ਅੱਗੇ ਦੋ ਕਿਸਮਾਂ ਨੇ ਇੱਕ ਹੈਗਾ ਨਿਕਟਵਰਤੀ ਇੱਕ ਹੈਗਾ ਦੂਰ ਵਰਤੀ ਨਿਕਟ ਦਾ ਮਤਲਬ ਹੁੰਦਾ ਨੇੜੇ ਕਹਿੰਦੇ ਜੋ ਨੇੜੇ ਦੀਆਂ ਚੀਜ਼ਾਂ ਵੱਲ ਇਸ਼ਾਰਾ ਕਰਕੇ ਉਸ ਬਾਰੇ ਦੱਸੇ ਠੀਕ ਹੈ ਉਸ ਨੂੰ ਆਪਾਂ ਨਿਕਟ ਨਿਕਟ ਵਰਤੀ ਕਹਿ ਦਿੰਨੇ ਆ ਜਿਵੇਂ ਆਪਾਂ ਕਹਿ ਦਿੰਨੇ ਆ ਇਹ ਮੇਰਾ ਸਕੂਲ ਹੈ ਠੀਕ ਹੈ ਤਾਂ ਕਹਿੰਦੇ ਇਹ ਮੇਰਾ ਸਕੂਲ ਹੈ ਇਹ ਕੀ ਹੈ ਵੀ ਉਹ ਸਕੂਲ ਜਿਹੜਾ ਉਸ ਦੇ ਕੋਲ ਹੀ ਹੈ ਨੇੜੇ ਹੈ ਠੀਕ ਹੈ ਉਸ ਦੇ ਬਾਰੇ ਦੱਸ ਰਿਆ ਇਹਦੇ ਵਿੱਚ ਕੀ ਹੈ ਇਹ ਕੀ ਹੈ ਨਿਕਤ ਵਰਤੀ ਦੂਰ ਵਰਤੀ ਕਹਿੰਦੇ ਜੋ ਦੂਰ ਦੀਆਂ ਦਿਸਦੀਆਂ ਚੀਜ਼ਾਂ ਬਾਰੇ ਦੱਸੇ ਜਿਵੇਂ ਉਹ ਠੀਕ ਹੈ ਜਿਵੇਂ ਉਹ ਕਰ ਮੇਰਾ ਹੈ ਉਹ ਮੇਰੇ ਪਿਤਾ ਜੀ ਹਨ ਠੀਕ ਹੈ ਉਸ ਨੂੰ ਪੱਕੀ ਕਹਿ ਦਿੰਦੇ ਆ ਦੂਰ ਵਰਤੀ ਨੰਬਰ 5ਵੇਂ ਤੇ ਕੀ ਆ ਗਿਆ ਪੜਨਾਮੀ ਵਿਸ਼ੇਸ਼ਣ ਕਹਿੰਦੇ ਨਾਵਾਂ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪੜਨਾਵਾਂ ਨੂੰ ਪੜਨਾਮੀ ਵਿਸ਼ੇਸ਼ਣ ਕਿਆ ਜਾਂਦਾ ਹੈ ਨਾਵਾਂ ਦੇ ਨਾਲ ਆ ਕੇ ਕਿਸੇ ਨਾਵ ਦੇ ਨਾਲ ਆ ਕੇ ਜਿਹੜੇ ਵਿਸ਼ੇਸ਼ਣ ਦਾ ਕੰਮ ਕਰਨ ਉਹਨਾਂ ਪਰ ਨਾਵਾਂ ਨੂੰ ਪਰਨਾਮੀ ਵਿਸ਼ੇਸ਼ਣ ਕਹਿੰਦੇ ਹਾਂ ਜਿਵੇਂ ਆਪਾਂ ਕਹਿੰਦੇ ਆ ਇਹ ਮੇਰੀ ਮੇਰੀ ਕਿਤਾਬ ਕਿਸ ਕੋਲ ਹੈ ਕਿਤਾਬ ਦੇਖੋ ਨਾਮ ਆ ਗਿਆ ਠੀਕ ਹੈ ਮੇਰੀ ਮੇਰੀ ਕਿਤਾਬ ਕਿਸ ਕੋਲ ਹੈ ਇਸ ਦੇ ਵਿੱਚ ਮੇਰੀ ਕੀ ਹੈ ਪਰਨਾਮੀ ਵਿਸ਼ੇਸ਼ਣ ਕਹਿੰਦੇ ਜਿਸ ਆਦਮੀ ਨੇ ਗਲਤੀ ਕੀਤੀ ਉਹ ਮੰਨ ਗਿਆ ਇਸ ਦੇ ਵਿੱਚ ਕੀ ਹੈ ਜਿਸ ਆਦਮੀ ਇਹ ਕੀ ਇਹ ਪੜਨਾਮੀ ਵਿਸ਼ੇਸ਼ਣ ਹੈ ਸੋ ਨੂੰ ਲੱਗਦਾ ਕਿ ਤੁਹਾਨੂੰ ਮਤਲਬ ਸਮਝ ਆ ਹੀ ਗਿਆ ਹੋਣਾ ਮੈਂ ਇੱਕ ਵਾਰ ਦੁਬਾਰਾ ਰਿਵਾਈਜ਼ ਕਰਾ ਦਾਂ ਠੀਕ ਹੈ ਸਭ ਤੋਂ ਪਹਿਲਾ ਵਿਸ਼ੇਸ਼ਣ ਹੈ ਕਹਿੰਦੇ ਉਹ ਸ਼ਬਦ ਜੋ ਕਿਸੇ ਨਾਮ ਜਾਂ ਪੜਨਾਮ ਦੇ ਗੁਣ ਜਾਂ ਔਗਣ ਦੀ ਵਿਸ਼ੇਸ਼ਤਾ ਗਿਣਤੀ ਮਿੰਤੀ ਦੱਸਣ ਉਹਨਾਂ ਨੂੰ ਵਿਸ਼ੇਸ਼ਣ ਆਖਿਆ ਜਾਂਦਾ ਹੈ ਪੰਜ ਪ੍ਰਕਾਰ ਦੇ ਹੁੰਦੇ ਹਨ ਠੀਕ ਹੈ ਗੁਣਵਾਚਕ ਗਿਣਤੀਵਾਚਕ ਪରିਮਾਨਵਾਚਕ ਵਿਸ਼ੇਸ਼ਣ ਨਿਸ਼ਚੇਵਾਚਕ ਵਿਸ਼ੇਸ਼ਣ ਤੇ ਪਰਿਨਾਮੀ ਗੁਣਵਾਚਕ ਚ ਕੀ ਹੈ ਬਟੇ ਕਿਸੇ ਦੀ ਕਿਸੇ ਵੀ ਚੀਜ਼ ਦਾ ਗੁਣ ਜਾਂ ਅਫਗੁਣ ਗਿਣਤੀ ਚ ਕੀ ਹੈ ਕਿਸੇ ਗਿਣਤੀ ਮਿੰਤੀ ਬਾਰੇ ਦੱਸਣਾ ਠੀਕ ਹੈ ਪਰਿਮਾਨ ਦੇ ਵਿੱਚ ਕੀ ਹੈ ਨਾਪ ਤੋਲ ਬਾਰੇ ਦੱਸਣਾ ਹਨਾ ਉਸ ਨੂੰ ਅੱਗੇ ਜਰਨੇ ਪਰਿਮਾਨਵਾਚਕ ਠੀਕ ਹੈ ਜੋ ਨਾਮ ਜਾਂ ਪਰਨਾਮ ਦੀ ਮਿੰਤੀ ਜਾਂ ਤੋਲ ਬਾਰੇ ਦੱਸਣ ਤੇ ਉਸ ਤੋਂ ਅੱਗੇ ਹੈਗਾ ਦੇਖੋ ਨਿਸ਼ਚੇਵਾਚਕ ਠੀਕ ਹੈ ਜਿਹਦੇ ਵਿੱਚ ਆਪਾਂ ਕਹਿ ਦਿੰਨੇ ਆ ਕਿ ਕੋਈ ਵੀ ਨਿਸ਼ਚਿਤ ਆਪਾਂ ਕਹਿੰਦੇ ਨੇ ਨਿਸ਼ਚੇਵਾਚਕ ਦੇ ਵਿੱਚ ਆ ਜਾਂਦਾ ਹੈ ਇਸ਼ਾਰੇ ਦੇ ਨਾਲ ਆਮ ਤੋਂ ਖਾਸ ਬਣਾਉਣ ਵਾਲੀ ਚੀਜ਼ ਨੂੰ ਕਹ ਦਿੰਦੇ ਆ ਠੀਕ ਹੈ ਇਹ ਦੂਰ ਵਰਤੀ ਤੇ ਨਿਕਟ ਵਰਤੀ ਵੀ ਹੁੰਦੇ ਨੇ ਨੰਬਰ 5 ਤੇ ਹੈਗਾ ਪਰਿਨਾਮੀ ਵਿਸ਼ੇਸ਼ਣ ਜੋ ਨਾਵਾ ਦੇ ਨਾਲ ਆ ਕੇ ਵਿਸ਼ੇਸ਼ਣ ਦਾ ਕੰਮ ਕਰਨ ਵਾਲੇ ਪਰਿਨਾਵਾ ਨੂੰ ਕੀ ਕਹਿੰਦੇ ਆ ਆਪਾਂ ਪਰਿਨਾਮੀ ਕਹਿੰਦੇ ਆ ਠੀਕ ਹੈ ਇਹ ਕੀ ਸੀ ਬਟੇ ਤੁਹਾਡਾ ਅੱਜ ਦਾ ਟੌਪਿਕ ਵਿਸ਼ੇਸ਼ਣ ਠੀਕ ਹੈ ਇਹ ਸਾਰੇ ਤੁਸੀਂ ਆਪਣਾ ਬਨਵਾਏ ਬਨ ਆਪਣੀ ਕਾਪੀ ਦੇ ਉੱਤੇ ਨੋਟ ਕਰਦੇ ਜਾਓ ਮੈਂ ਇਸ ਤੋਂ ਬਾਅਦ ਤੁਹਾਨੂੰ ਇਸ ਦੀ ਪਿਕਸ ਵੀ ਭੇਜੂੰਗੀ ਠੀਕ ਹੈ ਉਹ ਵੀ ਤੁਸੀਂ ਨੋਟ ਕਰ ਲਿਓ ਥੈਂਕ ਯੂ ਬਟੇ ਓਕੇ